ਪੰਜਾਬੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਮੈਂ ਮਨੀਸ਼ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ। ਰਾਇਲ ਟਰੈਵਲਸ ਜਲੰਧਰ ਤੋਂ ਇੱਕ ਵਾਰ ਫਿਰ ਤੋਂ ਸਾਡਾ ਹਾਜ਼ਰ ਨੇ ਅਰਵਿੰਦਰਪਾਲ ਸਿੰਘ ਜੀ। ਸੋ ਪਿਛਲੇ 6-7 ਸਾਲ ਤੋਂ ਅਸੀਂ ਉਹਨਾਂ ਨੂੰ ਇਸ ਮੰਚ 'ਤੇ ਤੁਹਾਡਾ ਮੁਖਾਤਿਬ ਕਰਵਾਉਂਦੇ ਰਹੇ ਹਾਂ, ਪਰ ਕੁਝ ਇੱਕ ਰੁਝੇਵਿਆਂ ਕਰਕੇ ਥੋੜ੍ਹਾ ਜਿਹਾ ਗੈਪ ਪੈ ਗਿਆ ਸੀ ਉਹਨਾਂ ਨਾਲ, ਪਰ ਇੱਕ ਵਾਰ ਫਿਰ ਤੋਂ ਹੁਣ ਇਸ ਮੰਚ 'ਤੇ ਉਹਨਾਂ ਦਾ ਸਵਾਗਤ ਕੀਤਾ, ਕਿਉਂਕਿ ਅੱਜ ਹਰ ਇੱਕ ਕੰਸਲਟੈਂਟ USA ਨੂੰ ਪ੍ਰਮੋਟ ਕਰ ਰਿਹਾ, ਕਿਉਂਕਿ ਬਾਕੀ ਕੁਝ ਕੰਟਰੀਜ਼ ਵਿੱਚ ਵੀਜ਼ਾਸ ਨਹੀਂ ਆ ਰਹੇ। ਸੋ USA ਜਦੋਂ ਨਾਮ ਆਉਂਦਾ ਤਾਂ ਰਾਇਲ ਟਰੈਵਲਸ ਦਾ ਨਾਮ ਸਭ ਤੋਂ ਉੱਪਰ ਆਉਂਦਾ, ਕਿਉਂਕਿ ਪਿਛਲੇ 17 ਸਾਲਾਂ ਤੋਂ USA ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ। ਨੋ ਡਾਊਟ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਹੋਰ ਵੀ ਕਈ ਮੁਲਕਾਂ ਵਿੱਚ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਭੇਜੇ ਨੇ, ਪਰ USA ਨਾਲ ਪਿਛਲੇ 17 ਸਾਲਾਂ ਤੋਂ ਉਹਨਾਂ ਦਾ ਨਾਤਾ ਹੈ। 17 ਸਾਲ ਪਹਿਲਾਂ ਵੀ USA ਗਏ ਸੀ ਉਹਨਾਂ ਦੇ ਰਾਹੀਂ ਕੁਝ ਲੋਕ ਪੜ੍ਹਾਈ ਕਰਨ ਲਈ, ਕੁਝ ਇੱਕ ਲੋਕ ਟੂਰਿਸਟ ਵੀਜ਼ਾ 'ਤੇ, ਔਰ ਅੱਜ ਵੀ ਜਾ ਰਹੇ ਨੇ। ਸੋ ਕਿਵੇਂ ਜਾਇਆ ਜਾਵੇ USA ਬਾਰੇ ਵਿੱਚ, ਔਰ ਕਿਵੇਂ ਬਚਿਆ ਜਾਵੇ ਧੋਖੇਬਾਜ਼ ਏਜੰਟਸ ਕੋ, ਅੱਜ ਉਸ ਬਾਬਤ ਗੱਲਬਾਤ ਕਰਾਂਗੇ। ਸੋ ਅਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਸ਼ ਜੀ। ਸੋ ਅਰਵਿੰਦਰ ਜੀ, USA ਨੂੰ ਅੱਜ ਹਰ ਕੋਈ ਪ੍ਰਮੋਟ ਕਰ ਰਿਹਾ, ਜਿੰਨੇ ਵੀ ਰੇਡੀਓ ਸਟੇਸ਼ਨਸ ਨੇ, ਜਿੰਨੇ ਵੀ TV ਚੈਨਲਸ ਨੇ, ਹਰ ਇੱਕ ਜਗ੍ਹਾ 'ਤੇ USA ਦੀ ਐਡਸ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਕੁਝ ਇੱਕ ਵਿਦਾਊਟ ਆਇਲਸ ਇਨਵਾਈਟ ਕਰ ਰਹੇ ਨੇ, ਕੁਝ ਕੰਸਲਟੈਂਟ ਇਹ ਕਰ ਰਹੇ ਨੇ ਕਿ ਸਾਰੀ ਫੀਸ ਅਸੀਂ ਦੇਵਾਂਗੇ, ਕੁਝ ਇਹ ਕਹਿ ਰਹੇ ਨੇ ਕਿ ਫੀਸ ਵੀਜ਼ਾ ਲੱਗਣ ਤੋਂ ਬਾਅਦ, ਸਮਥਿੰਗ ਇੱਦਾਂ ਦੀਆਂ ਲੁਭਾਵਨੀਆਂ ਐਡਸ ਆ ਰਹੀਆਂ ਨੇ। ਸੋ ਪਿਛਲੇ ਕੁਝ ਦਿਨਾਂ ਵਿੱਚ ਵੀ ਵੇਖਣ ਨੂੰ ਮਿਲਿਆ ਕਿ ਜਨਵਰੀ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਵੀਜ਼ਾਸ ਬਹੁਤ ਰਿਫਿਊਜ਼ ਹੋਏ ਨੇ USA ਦੇ। ਕੀ ਕਾਰਨ ਰਹੇ ਨੇ ਕਿ USA ਨੇ ਹੁਣ ਵੀਜ਼ਾ ਦੇਣੇ ਬੰਦ ਕਰ ਦਿੱਤੇ ਨੇ, ਜਾਂ ਫਿਰ ਕੰਸਲਟੈਂਟ ਅਵੇਅਰ ਹੀ ਨੇ ਕਿ USA ਵੀਜ਼ਾ ਲਿਆ ਕਿਵੇਂ ਜਾਵੇ? ਮਨੀਸ਼ੀ, ਤੁਸੀਂ ਕਿੰਨੇ ਕੁਐਸਚਨ ਪੁੱਛੇ ਨੇ, ਮੈਂ ਇਹਨਾਂ ਨੂੰ ਸਮ ਅਪ ਕਰੂੰਗਾ ਹੌਲੀ ਹੌਲੀ ਕਰਕੇ। ਬੇਸਿਕਲੀ ਸਭ ਤੋਂ ਪਹਿਲਾਂ ਕੰਮ ਹੈ ਕਿ ਏਜੰਸੀਜ਼ ਦੀ ਪ੍ਰਮੋਸ਼ਨ। ਬੇਸਿਕਲੀ ਅਸੀਂ ਅੱਜ ਕੱਲ੍ਹ TV ਦੇ ਉੱਪਰ ਵੀ ਜੋ ਦਿਖਤਾ ਹੈ ਉਹ ਵਿਕਤਾ ਵਾਲੀ ਕਹਾਣੀ ਹੈ ਕਿ ਸਾਨੂੰ ਖੁਦ ਨੂੰ ਕਦੀ ਕਦੀ ਲੱਗਣ ਲੱਗ ਜਾਂਦਾ ਕਿ USA ਜਿੱਦਾਂ ਸਵੇਰੇ ਸਬਜ਼ੀ ਮੰਡੀ ਵਾਲਾ ਕਿ ਸਵੇਰੇ ਭਾਅ ਕੁਝ ਹੋਰ ਹੈ ਅਤੇ ਸ਼ਾਮ ਤੱਕ ਆਉਂਦੇ ਆਉਂਦੇ ਭਾਅ ਕੁਝ ਹੋਰ ਬਦਲ ਗਿਆ, ਅਗਲੇ ਦਿਨ ਫਿਰ ਹੋਰ ਭਾਅ ਚਲ ਗਿਆ। ਇਹ ਐਜੂਕੇਸ਼ਨ ਆ, ਤੁਸੀਂ ਯੂਨੀਵਰਸਿਟੀਜ਼ ਉਹੀ ਨੇ, ਸਭ ਕੁਝ ਉਹੀ ਹੈ, ਇਹ ਰਾਤੋ ਰਾਤ ਮੈਕੇਨਿਜ਼ਮ ਕਿਉਂ ਚੇਂਜ ਹੋ ਜਾਂਦਾ? ਇਹ ਸਾਰੀ ਸੈਲਿੰਗ ਆ। ਅਸੀਂ ਸੇਲ ਲਾਉਣ ਦੀ ਗੱਲ, ਪ੍ਰਾਈਸ ਦੁੱਗਣਾ ਕਰਕੇ ਹਾਫ 50% ਆਫ ਕਰ ਦਿਉ, ਉਹਦੀ ਗੱਲ ਨਹੀਂ ਕਰ ਰਿਹਾ ਮੈਂ। ਨੋਰਮਲ ਇੱਕ ਮੈਕੇਨਿਜ਼ਮ ਆ, ਜਿੱਦਾਂ USA ਦੁਨੀਆ ਦਾ ਸਭ ਤੋਂ ਪਹਿਲਾ ਮੁਲਕ ਆ ਜਿਹਨੇ US ਸਟੂਡੈਂਟ ਵੀਜ਼ਾ ਸ਼ੁਰੂ ਕੀਤੇ ਸੀ, ਔਰ ਅੱਜ ਦੇ ਵਿੱਚ ਵੀ ਸਭ ਤੋਂ ਵੱਡੀ ਤਾਦਾਦ ਸਿਰਫ ਉੱਥੇ ਹੀ ਜਾਂਦੇ। ਦੁਨੀਆ ਦੀਆਂ ਸਭ ਤੋਂ ਵੱਧ ਯੂਨੀਵਰਸਿਟੀਜ਼ ਅਗਰ ਆਪਾਂ ਗੱਲ ਕਰੀਏ ਤਾਂ ਸਿਰਫ US ਵਿੱਚ ਨੇ ਜੀ, ਔਰ ਦੁਨੀਆ ਦੇ ਜਿੰਨੇ ਰਿਸਰਚ ਬੇਸਡ ਪ੍ਰੋਗਰਾਮਸ ਨੇ ਉਹ ਸਾਰੇ US ਵਿੱਚ ਨੇ। US ਕੋਈ ਨਾਮ ਇੱਦਾਂ ਦਾ ਹੈ ਨਹੀਂ ਕਿ ਕਿਸੇ ਨੂੰ ਇਹਦੀ ਸਮਝ ਨਾ ਹੋਵੇ, ਬਟ ਸਾਨੂੰ ਇਹ ਲੱਗਦਾ ਕਿ US ਰਾਤੋ ਰਾਤ ਓਪਨ ਹੋਇਆ, ਪਹਿਲਾਂ ਨਹੀਂ ਸੀ ਚੱਲਦਾ। ਪਹਿਲਾਂ ਸਿਰਫ ਤਾਂ ਨਹੀਂ ਚੱਲਦਾ ਸੀ ਬਿਕੋਜ਼ TV ਦੇ ਉੱਪਰ ਅੱਗੇ ਦੀ ਪ੍ਰਮੋਸ਼ਨ ਨਹੀਂ ਹੁੰਦੀ ਸੀ। US ਸ਼ੁਰੂ ਤੋਂ ਸਦੀਆਂ ਤੋਂ ਵੀਜ਼ਾ ਦਿੰਦਾ ਆ ਰਿਹਾ, ਔਰ US ਨੂੰ ਨਾ ਪ੍ਰਮੋਟ ਕਰਨ ਦਾ ਕਾਰਨ ਸਭ ਤੋਂ ਵੱਡਾ ਇਹ ਹੁੰਦਾ ਸੀ ਕਿ ਉੱਥੋਂ ਦੀ ਯੂਨੀਵਰਸਿਟੀਜ਼ ਕੋਈ ਕਮਿਸ਼ਨ ਨਹੀਂ ਪੇ ਆਊਟ ਕਰਦੀਆਂ, ਜਿਹਦਾ ਕਰਕੇ ਏਜੰਟਸ ਹਮੇਸ਼ਾ ਕਹਿੰਦੇ ਸੀ ਕਿ ਨਹੀਂ ਨਹੀਂ US ਜਾਣਾ ਗਲਤ ਆ। ਪਰ ਹੁਣ ਕਿਉਂ ਪ੍ਰਮੋਟ ਕਰਨਾ? ਜਦੋਂ ਤੋਂ ਆਸਟ੍ਰੇਲੀਆ ਬੰਦ ਹੋ ਗਿਆ ਤਾਂ ਨਿਊਜ਼ੀਲੈਂਡ ਨੇ ਥੋੜ੍ਹਾ ਜਿਹਾ ਟਾਈਟ ਕਰਤਾ, ਔਰ ਕੈਨੇਡਾ ਵਿਦਆਊਟ ਆਈਲੈਟਸ ਉਦਾਂ ਹੀ ਨਹੀਂ ਲੈਂਦਾ। ਸੋ US ਇਕਲੌਤੀ ਚੋਇਸ ਰਹਿ ਗਿਆ। ਸੋ ਇਸ ਕਰਕੇ US ਨੂੰ ਸਭ ਤੋਂ ਵੱਧ ਐਪਲੀਕੇਸ਼ਨ ਰਹੀਆਂ। ਦੂਸਰੀ ਗੱਲ ਤੁਸੀਂ ਪੁੱਛਿਆ ਸੀ ਕਿ ਜਨਵਰੀ ਦੇ ਵਿੱਚ ਨਤੀਜੇ, ਤੁਸੀਂ ਅਗਰ ਸਾਡਾ ਫੇਸਬੁੱਕ ਪੇਜ ਫੋਲੋ ਕਰਦੇ ਹੋ, US ਦੇ ਜਿੰਨਾ ਵੀਜ਼ਾ ਸਾਡੇ ਕੋਲ ਦਸੰਬਰ ਜਨਵਰੀ ਦੇ ਵਿੱਚ ਨੇ, ਮੈਨੂੰ ਨਹੀਂ ਲੱਗਦਾ ਕਿਸੇ ਕੋਲ ਇੰਨਾ ਵੀਜ਼ਾ ਹੋਣਗੇ। ਔਰ ਸਕਸੈਸਫੁਲ US ਨੂੰ ਬਹੁਤ ਵੀਜ਼ਾ ਦਿੱਤੇ ਨੇ, ਮੈਂ ਦੱਸਿਆ ਅਰਾਊਂਡ 10 ਲੱਖ ਸਟੂਡੈਂਟ ਦਾ ਕੋਟਾ ਹੈ ਪਰ ਈਅਰ। ਇੰਨਾ ਕੋਟਾ UK ਜਦੋਂ ਬਹੁਤ ਓਪਨ ਸੀ 16,000 ਸਟੂਡੈਂਟ ਦਾ ਕੋਟਾ ਹੁੰਦਾ ਸੀ। ਸੋ ਇੰਨਾ ਕੋਟਾ ਕਿਸੇ ਕੰਟਰੀ ਦਾ ਨਹੀਂ ਹੈਗਾ। ਪਰ ਰਿਫਿਊਜ਼ਲ ਦੇ ਕਾਰਨ ਕੀ ਹੈ? ਉਹ ਬੇਸਿਕਲੀ ਹੈ ਕਿ ਰਾਤੋ ਰਾਤ ਜਿੱਦਾਂ ਮੈਂ ਦੱਸਿਆ ਕਿ ਟ੍ਰਾਂਸਫਾਰਮੇਸ਼ਨ ਹੋ ਜਾਂਦੀ ਹੈ। ਕੁਝ ਕੰਪਨੀਆਂ ਪਹਿਲਾਂ ਕਹਿੰਦੀਆਂ ਨਹੀਂ ਜੀ ਸਾਡੀ ਮਾਸਟਰੀ ਤਾਂ ਇਕੱਲੀ ਨਿਊਜ਼ੀਲੈਂਡ ਦੀ ਆ, ਸਾਨੂੰ ਹੋਰ ਕੁਝ ਨਹੀਂ ਆਉਂਦਾ, ਔਰ ਫਿਰ ਰਾਤੋ ਰਾਤ ਹੋ ਜਾਂਦਾ ਜੀ ਅਸੀਂ ਹੁਣ US ਐਕਸਪਰਟ ਹੋ ਗਏ। ਇਹ ਐਕਸਪਰਟਾਈਜ਼ ਕਹਿੰਦੇ ਨਾ ਸੁਪਨੇ ਨਾਲ ਆ ਜਾਂਦੀ ਹੈ, ਕਿੱਦਾਂ ਆ ਜਾਂਦੀ ਹੈ? ਸੋ ਰਾਤੋ ਰਾਤ ਐਕਸਪਰਟ ਕਿੱਦਾਂ ਹੋ ਜਾਂਦੇ? ਬਿਕੋਜ਼ 4 ਕਾਗਜ਼ ਭਰਨੇ ਆ ਵੈਸੀ ਨੂੰ, ਉਹਦਾ ਕਿੱਡਾ ਕੰਮ ਹੈ? ਸੋ ਡਾਕਟਰ ਤੇ ਕੈਮਿਸਟ ਵਿੱਚ ਹਮੇਸ਼ਾ ਫਰਕ ਹੁੰਦਾ। ਸੋ ਆਬਵੀਅਸਲੀ ਅਗਰ ਅੰਬੈਸੀ ਜਾਣਾ ਹੈ ਇੱਕ ਪ੍ਰੋਫੈਸ਼ਨਲ ਦੀ ਹੈਲਪ ਦੀ ਲੋੜ ਹੈ। ਜਦੋਂ ਅਸੀਂ USA ਜਾਣਾ, ਸਭ ਤੋਂ ਵੱਡੀ ਜਿੰਨੇ ਸਟੂਡੈਂਟਸ US 'ਚ ਰਿਫਿਊਜ਼ ਹੋਏ ਹੋਣਗੇ, ਮੈਂ ਬੇਸਿਕ ਰੀਜ਼ਨਸ ਦੱਸ ਦਿੰਦਾ। ਤੁਸੀਂ ਕਾਲਜ ਦੀ ਅਪਲਾਈ ਕੀਤਾ ਹੋਏਗਾ, ਔਰ ਕੋਈ ਐਸੋਸੀਏਟ ਡਿਗਰੀ ਜਾਂ ਅੰਡਰ ਗ੍ਰੈਜੂਏਟ ਡਿਗਰੀ ਲਈ ਕੀਤਾ ਹੋਏਗਾ। ਬਿਕੋਜ਼ ਨੋਰਮਲੀ ਸਾਡੇ ਕੋਲ ਸਟੂਡੈਂਟਸ ਆਉਂਦੇ, ਅਸੀਂ ਮਿਨੀਮਮ 3 ਮਹੀਨੇ ਦਾ ਟਾਈਮ ਮੰਗਦੇ ਹਾਂ ਕਿ US ਨੂੰ ਪ੍ਰੋਸੈਸ ਕਰਨ ਨੂੰ, I-20 ਉਹਨੂੰ 3 ਮਹੀਨੇ ਚਾਹੀਦੇ ਆ। ਔਰ TV ਦੇ ਉੱਪਰ ਐਡ ਆਉਂਦੀਆਂ ਨੇ ਕਿ ਜੀ ਹਫ਼ਤੇ 'ਚ I-20 ਲਓ, 10 ਦਿਨ 'ਚ I-20 ਲਓ, 10 ਦਿਨ ਫਲਾਨਾ ਕਰੋ, ਆਇਆ ਕਰੋ। ਇਹ ਰਾਤੋ ਰਾਤ ਕੋਈ ਸਕੀਮਾਂ ਸੇਲਸ ਨਹੀਂ ਲੱਗੀਆਂ ਇੱਥੇ ਕਿਤੇ। ਇੱਕ ਯੂਨੀਵਰਸਿਟੀ ਦਾ ਪਲੈਟਫਾਰਮ ਹੈ, ਇੱਕ ਕ੍ਰਾਈਟੀਰੀਆ ਹੈ, ਯੂਨੀਵਰਸਿਟੀ ਦਾ ਇੱਕ ਐਡਮਿਸ਼ਨ ਆਫਿਸਰ ਹੈ, ਔਰ ਉਹਨੇ ਨੋਰਮਲ ਤਰੀਕੇ ਨਾਲ ਹੀ, ਔਰ ਹਰ ਡਾਕ ਜਾਣੀ ਹੈ, ਡਾਕ ਆਉਣੀ ਹੈ। ਜਿਹੜੇ ਕਾਲਜਸ ਨੇ, ਕੁਝ ਉੱਥੇ ਕਾਲਜਸ ਨੇ ਪ੍ਰਾਈਵੇਟ ਜਿਹੜੇ ਕਿ ਮਿੰਟੋ ਮਿੰਟੀ ਤੁਹਾਨੂੰ ਆਈਲੈਟਸ ਜਿਹੜੀਆਂ I-20 ਪ੍ਰੋਸੈਸ ਹੋ ਜਾਂਦੀਆਂ ਨੇ। ਬਟ ਬੇਸਿਕ ਡਿਫਰੈਂਸ ਕੀ ਹੈ ਕਿ ਇੱਕ ਹੁਣ ਗ੍ਰੈਜੂਏਟ ਸਟੂਡੈਂਟ ਆ, ਅਗਰ ਉਹਨੂੰ ਤੁਸੀਂ ਅੰਡਰ ਗ੍ਰੈਜੂਏਟ ਡਿਗਰੀ ਦਿਓਗੇ, ਜਿੱਡਾ ਮਰਜ਼ੀ ਬ੍ਰਿਲੀਅੰਟ ਹੈ, ਜਿੱਡਾ ਮਰਜ਼ੀ ਚੰਗੀ ਕਮਿਊਨੀਕੇਸ਼ਨ, ਉਹਨੂੰ ਵੀਜ਼ਾ ਕਦੇ ਵੀਜ਼ਾ ਆਫਿਸਰ ਦੇ ਹੀ ਨਹੀਂ ਸਕਦਾ। ਔਰ ਕੁਝ ਕੰਪਨੀਜ਼ ਨੇ ਚੰਡੀਗੜ੍ਹ, ਮੋਹਾਲੀ ਤੋਂ ਈਵਨ ਜਲੰਧਰ ਤੋਂ ਵੀ ਬਹੁਤ ਸਾਰੀਆਂ ਕੰਪਨੀਜ਼ ਸਾਡੇ ਕੋਲ ਸਟੂਡੈਂਟਸ ਆਉਂਦੇ ਆ,
ਅਸੀਂ ਲਿਟਰਲੀ ਵੇਖਦੇ ਹਾਂ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਕਿ ਸਾਡੇ ਟ੍ਰੇਡ ਦੇ ਵਿੱਚ ਹੋ ਰਿਹਾ ਹੋ ਕੀ ਰਿਹਾ ਇੱਕ ਪੋਸਟ ਗ੍ਰੈਜੂਏਟ ਸਟੂਡੈਂਟ ਨੂੰ ਤੁਸੀਂ ਅੰਡਰ ਗ੍ਰੈਜੂਏਟ ਜਾਂ ਐਸੋਸੀਏਟ ਡਿਗਰੀ ਲੈ ਕੇ ਦਿੱਤੀ ਹੈ ਮੀਨਸ ਉਹਨੇ ਹਾਇਰ ਸਟੈਂਡਰਡ ਲਈ ਜਾਣਾ ਕਿਸੇ ਮਾਸਟਰਸ ਲਈ ਜਾਣਾ ਤੁਸੀਂ ਉਹਨੂੰ ਪਲੱਸ ਟੂ ਤੋਂ ਬਾਅਦ ਦਾ ਕੋਰਸ ਦਿੱਤਾ ਹੋਇਆ ਪਰ ਅਰਵਿੰਦਰ ਜੀ ਕੀ ਕਾਰਨ ਕੀ ਸਿਰਫ ਜਿਹੜੀ ਕੰਪਨੀ ਤੁਸੀਂ ਗੱਲ ਕਰ ਰਹੇ ਹੋ ਜਲੰਧਰ ਦੀ ਕੰਪਨੀ ਹੈ ਚੰਡੀਗੜ੍ਹ ਦੀ ਕੰਪਨੀ ਹੈ ਜਿਹਨਾਂ ਥਰੂ ਬੱਚੇ ਨੇ ਅਪਲਾਈ ਕੀਤਾ ਸੀ ਰਿਫਿਊਜ਼ਲ ਦੇ ਆ ਕੀ ਸਿਰਫ ਉਹਨਾਂ ਦੇ ਕੁਝ ਪਾਰਟੀਕੂਲਰ ਸਕੂਲ ਕਾਲਜ ਨਾਲ ਟਾਈ ਅਪ ਸੀ ਜਿੱਥੇ ਉਹਨਾਂ ਨੇ ਸਾਰੀਆਂ ਐਡਮਿਸ਼ਨਸ ਪਾਤੀਆਂ ਜਾਂ ਫਿਰ ਉਹਨਾਂ ਦੀ ਜਾਣਕਾਰੀ ਦੀ ਘਾਟ ਕਾਰਨ ਸਿਰਫ ਉਹਨਾਂ ਨੇ ਇੱਕ ਕਾਲਜ ਦਾ ਕੰਸੈਂਟਰੇਟ ਕੀਤਾ ਇਹ ਦੋਨੋਂ ਹੀ ਚੀਜ਼ਾਂ ਨੇ ਬੇਸਿਕਲੀ ਇਹ ਦੋਨੋਂ ਚੀਜ਼ਾਂ ਕਾਰਨ ਹੈ ਕਿ ਉਹਨਾਂ ਕੋਲ ਲੈ ਦੇ ਕੇ ਇੱਕ ਦਾ ਕਾਲਜ ਹੈ ਸਿਰਫ ਉਹਦੇ ਵਿੱਚ ਹੀ ਜਾਂ ਕਾਲਜ ਨੂੰ ਆਬਵੀਅਸਲੀ ਐਪਲੀਕੇਸ਼ਨ ਫੀਸ ਆ ਰਹੀ ਹੋਊ $50 ਉਹਦੇ ਨਾਲ ਹੀ ਕੰਮ ਨਿਬੇੜਿਆ ਜਾ ਰਿਹਾ F1 ਇੰਟਰਵਿਊ ਕੁਐਸਚਨ ਐਂਡ ਆਨਸਰਸ ਗੂਗਲ 'ਚ ਟਾਈਪ ਕਰੋ ਤੁਹਾਨੂੰ ਬਹੁਤ ਸਾਰੇ ਪੇਜਸ ਮਿਲਣਗੇ ਬਹੁਤ ਸਾਰੇ ਲਿੰਕ ਮਿਲਣਗੇ ਕਿਸੇ ਲਿੰਕ ਨੂੰ ਹਜ਼ਾਰਾਂ ਲਿੰਕ ਮਿਲਦੇ 1000 ਖੋਲ ਲਓ ਪਹਿਲਾ ਦੂਸਰਾ ਕੁਐਸਚਨ ਤੁਹਾਨੂੰ ਪਹਿਲਾਂ ਇਹ ਪੁੱਛਿਆ ਜਾਂਦਾ ਕਿ ਯੂਨੀਵਰਸਿਟੀਆਂ ਕਿੰਨੀਆਂ ਅਪਲਾਈ ਕੀਤੀਆਂ ਹਰ ਵੀਜ਼ਾ ਆਫੀਸਰ ਇਹ ਜਾਣਨਾ ਚਾਹੁੰਦਾ ਕਿ ਕਿੰਨੀਆਂ ਯੂਨੀਵਰਸਿਟੀ ਅਪਲਾਈ ਕੀਤਾ ਤੇ ਕਿੰਨੀਆਂ 'ਚ ਐਡਮਿਸ਼ਨ ਮਿਲੀ ਕਿੰਨੀਆਂ 'ਚ ਰਿਜੈਕਸ਼ਨ ਹੋਈ ਆ ਔਰ ਸਟੂਡੈਂਟਸ ਜਿਹਨੇ ਇੰਟਰਵਿਊ ਦੇ ਕੇ ਆਏ ਨੇ ਜਿਹਨੇ ਰਿਫਿਊਜ਼ ਹੋਏ ਉਹਨਾਂ ਨੂੰ ਸਵਾਲ ਇਹ ਨਹੀਂ ਪੁੱਛਿਆ ਗਿਆ ਹਰ ਇੱਕ ਨੂੰ ਸਵਾਲ ਪੁੱਛਿਆ ਜਾਂਦਾ ਪਰ ਅਸੀਂ ਇਹਨੂੰ ਗੌਰ ਨਹੀਂ ਕਰਦੇ ਕਿ ਨਹੀਂ ਇਹ ਸ਼ਾਇਦ ਸਾਡੇ ਲਈ ਨਹੀਂ ਸਾਡੇ ਕੋਲ ਗਲਤੀ ਨਾ ਪੁੱਛ ਲਿਆ ਕਿਤੇ ਬੇਸਿਕ ਰਿਕੁਆਇਰਮੈਂਟ ਹੈ ਕੋਈ ਵੀ ਸਟੂਡੈਂਟ ਅਗਰ ਜਾ ਰਿਹਾ ਇਟ ਇਜ਼ ਰਿਕਮੈਂਡਡ ਕਿ ਉਹ ਦੋ ਤਿੰਨ ਯੂਨੀਵਰਸਿਟੀ 'ਚ ਅਪਲਾਈ ਕਰੇ ਔਰ ਉੱਥੋਂ I-20 ਆਪਣੀ ਪ੍ਰੋਸੈਸ ਕਰੇ ਜਿੱਥੋਂ I-20 ਆਉਂਦੀ ਉਹਦੇ ਨਾਲ ਪ੍ਰੋਸੀਡ ਕਰੇ ਔਰ ਵਿਦਆਊਟ ਡਿਗਰੀ ਪ੍ਰੋਗਰਾਮ ਔਰ ਵਿਦਆਊਟ ਯੂਨੀਵਰਸਿਟੀ ਇਹ ਸਮਝ ਲਓ ਜਾਣਾ ਹੀ ਨਹੀਂ ਹੈ ਬਿਕੋਜ਼ ਅਗਰ ਤੁਸੀਂ ਸਕਸੈਸ ਚਾਹੁੰਦੇ ਹੋ ਸਿਰਫ ਯੂਨੀਵਰਸਿਟੀ ਜਾਓ ਔਰ ਡਿਗਰੀ ਪ੍ਰੋਗਰਾਮਸ ਜਾਓ ਇਹ ਦੋ ਚੀਜ਼ਾਂ ਬੇਸਿਕ ਨੇ ਬਾਕੀ ਇਸ ਤੋਂ ਉੱਪਰ ਥੱਲੇ ਕਿਸ ਦਾ ਪੈਕੇਜ ਸਸਤਾ ਮਹਿੰਗਾ ਜੋ 3600 ਚੀਜ਼ਾਂ ਨੇ ਉਹਨੂੰ ਵਿਚਾਰ ਕਰ ਸਕਦੇ ਹੋ ਪਰ ਆ ਦੋ ਬੇਸਿਕ ਚੀਜ਼ਾਂ ਨੇ ਇਹਨਾਂ ਦਾ ਪ੍ਰੇਜ ਨਹੀਂ ਕਰਨਾ ਜੀ ਸੋ ਅਰਵਿੰਦਰ ਜੀ ਕੁਝ ਇੱਕ ਯੂਨੀਵਰਸਿਟੀਜ਼ ਨੇ USA ਦੇ ਵਿੱਚ ਜਿਵੇਂ ਆਪਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਜਿਨ੍ਹਾਂ ਦਾ ਇੰਡੀਆ ਆਫਿਸ ਤੁਸੀਂ ਚਲਾ ਰਹੇ ਉੱਥੇ ਯਾਨੀ ਤੁਸੀਂ ਡਾਇਰੈਕਟ ਰਿਪ੍ਰੈਜੈਂਟੇਟਿਵ ਹੋ ਉਹਨਾਂ ਦੇ ਔਰ ਜਿਹੜੇ ਬੱਚੇ ਰਿਫਿਊਜ਼ ਹੋ ਚੁੱਕੇ ਨੇ ਹੁਣ USA ਤੋਂ ਕੀ ਤੁਸੀਂ ਉਹਨਾਂ ਯੂਨੀਵਰਸਿਟੀ ਵਿੱਚ ਉਹਨਾਂ ਦੀ ਐਡਮਿਸ਼ਨ ਕਰਵਾ ਸਕਦੇ ਹੋ ਬਿਲਕੁਲ ਸਰ ਬੇਸਿਕਲੀ ਅਸੀਂ ਟਰੈਵਲ ਪ੍ਰੋਫੈਸ਼ਨਲਸ ਆ ਔਰ ਸਾਡੇ ਕੋਲ ਲਾਈਕ ਈਵਨ ਕੈਨੇਡਾ ਦੇ ਰਿਫਿਊਜ਼ਲ ਸਟੂਡੈਂਟਸ ਕੈਨੇਡਾ ਵਿੱਚ ਬਹੁਤ ਚੰਗੇ ਸਟੂਡੈਂਟਸ ਨੇ ਬੇਸਿਕਲੀ ਉਹਨਾਂ ਨੂੰ ਇਨਫੋਰਮੇਸ਼ਨ ਨਹੀਂ ਹੁੰਦੀ ਕਿ ਅਮਰੀਕਾ ਬਿਹਤਰ ਕੰਟਰੀ ਹੈ ਫਰਕ ਸਿਰਫ ਇਹਨਾਂ ਕਿ ਕੈਨੇਡਾ ਤੇ ਅਮਰੀਕਾ ਨੂੰ ਅਸੀਂ ਸਿੰਗਲ ਮਾਰਕੀਟ ਮੰਨਦੇ ਹਾਂ ਅਮਰੀਕਾ ਕੈਨੇਡਾ ਦੇ ਸੇਮ ਕਲਚਰ ਹੈ ਵੀਜ਼ਾ ਦੀ ਕੋਈ ਪ੍ਰੋਬਲਮ ਨਹੀਂ ਇੱਧਰ ਗਏ ਉੱਧਰ ਜਾਣਾ ਸੋ ਈਵਨ ਕੈਨੇਡਾ ਵਿੱਚ ਬਹੁਤ ਸਾਰੀਆਂ ਰਿਜੈਕਸ਼ਨਸ ਨੇ ਇਸ ਟਾਈਮ ਤੇ ਕੈਨੇਡਾ ਔਰ ਅਮਰੀਕਾ ਅਗਰ ਕਿਤੇ ਰਿਫਿਊਜ਼ਲਸ ਤੁਹਾਨੂੰ ਮਿਲੇ ਹੋਏ ਨੇ ਤੁਸੀਂ ਜ਼ਰੂਰ ਅਪਲਾਈ ਕਰੋ ਔਰ ਤੁਸੀਂ ਇੱਕ ਵਾਰੀ ਸਿਰਫ ਸਾਡੇ ਨਾਲ ਆ ਕੇ ਕੰਸਲਟੇਸ਼ਨ ਕਰਦੇ ਹੋ ਤੁਹਾਨੂੰ ਇੱਕ ਪ੍ਰੋਗਰੈਸ਼ਨ ਦੱਸਦੇ ਅਸੀਂ ਕਿ ਬੇਸਿਕਲੀ ਵੀਜ਼ਾ ਅਫਸਰ ਨੂੰ ਆਹ ਦੱਸਣਾ ਸੀ ਔਰ ਤੁਸੀਂ ਆਹ ਦੱਸਿਆ ਇੱਕ ਮਿੰਟ ਦੇ ਸਟੂਡੈਂਟ ਨੂੰ ਗਿਆਨ ਹੋ ਜਾਂਦਾ ਬਿਕੋਜ਼ ਤੁਹਾਡਾ ਇਹ ਐਕਸਪਰਟਾਈਜ਼ ਨਹੀਂ ਹੈ ਤੁਹਾਨੂੰ ਨਹੀਂ ਪਤਾ ਅੰਬੈਸੀ ਕੀ ਕਰਨਾ ਅੰਬੈਸੀ ਕੀ ਪੁੱਛੇਗੀ ਕੀ ਦੱਸੇਗੀ ਅਸੀਂ ਇਸ ਚੈਲੇਂਜ ਲੈਣ ਨੂੰ ਤਿਆਰ ਹਾਂ ਅੰਬੈਸੀ ਜਾਓਗੇ ਹਰ ਸਵਾਲ ਤੁਹਾਨੂੰ ਪਹਿਲਾਂ ਪਤਾ ਹੋਏਗਾ ਔਰ ਹਰ ਜਵਾਬ ਤੁਹਾਨੂੰ ਪਹਿਲਾਂ ਪਤਾ ਹੋਏਗਾ ਕਈ ਲੋਕ ਸਾਡੇ ਫੇਸਬੁੱਕ ਪੇਜ ਫਾਲੋ ਕਰਦੇ ਨੇ ਅਸੀਂ ਉੱਥੇ ਹਮੇਸ਼ਾ ਇਹ ਨਹੀਂ ਕਹਿੰਦੇ ਕਿ ਅਸੀਂ ਵੀਜ਼ਾ ਲੈ ਕੇ ਦਿੰਦੇ ਹਾਂ ਸਾਡੇ ਆਫਿਸ ਆਓ ਤੁਹਾਨੂੰ ਕਿਸੇ ਵੀ ਵਾਲ ਦੇ ਉੱਪਰ ਵੀਜ਼ਾ ਦੀਆਂ ਕਾਪੀ ਨਹੀਂ ਵੇਖਣ ਨੂੰ ਨਹੀਂ ਮਿਲਣਗੀਆਂ ਪਰ ਇਹ ਸਿਰਫ ਇੱਕ ਅਸੀਂ ਤਾਂ ਕਰਕੇ ਕਰਦੇ ਹਾਂ ਕਿ ਕਈ ਸਟੂਡੈਂਟਸ ਇਨਫਲੂਐਂਸ ਹੋ ਜਾਂਦੇ ਕਿ ਯਾਰ ਫਲਾਣੇ ਦਾ ਪ੍ਰੋਫਾਈਲ ਸੀ ਔਰ ਉਹਦਾ ਵੀਜ਼ਾ ਹੋ ਗਿਆ ਅਸੀਂ ਉਹਦਾ ਪ੍ਰੋਫਾਈਲ ਕਾਪੀ ਕਰਨ ਦੀ ਟਰਾਈ ਕਰਨ ਲੈਂਦੇ ਹਾਂ ਸੋ ਇਹ ਅਸੀਂ ਕਲਚਰ ਤੋਂ ਬਹੁਤ ਦੂਰ ਆ ਸਾਡਾ ਕੰਮ ਹੈਗਾ ਇੱਕ ਮਾਸਟਰ ਵਾਲਾ ਜਿਹਦੀ ਕਲਾਸ ਦੇ ਵਿੱਚ ਫੇਲ ਵੀ ਨੇ ਪਾਸ ਵੀ ਨੇ ਸੋ ਸਾਡਾ ਚੈਲੇਂਜ ਹੈ ਅੰਬੈਸੀ ਜਾਓਗੇ ਅਗਰ ਮਿਹਨਤ ਕਰਨ ਵਾਲੇ ਹੋ ਵੀਜ਼ਾ ਰਿਫਿਊਜ਼ਲ ਨਹੀਂ ਆਉਂਦਾ ਅਗਰ ਮਿਹਨਤ ਕਰਨ ਵਾਲੇ ਹੋ ਸਾਡੀ ਜ਼ਿੰਮੇਵਾਰੀ ਹੈ ਹਰ ਸਵਾਲ ਹਰ ਜਵਾਬ ਤੁਹਾਨੂੰ ਪਹਿਲਾਂ ਤੋਂ ਪਤਾ ਹੋਊਗਾ ਜੀ ਕੋਈ ਵੀ ਚੀਜ਼ ਸਾਡੇ ਲਈ ਆਊਟ ਆਫ ਸਿਲੇਬਸ ਨਹੀਂ ਹੋਏਗੀ ਜੀ ਸੋ ਅਰਵਿੰਦਰ ਜੀ ਵਿਦਆਊਟ ਆਈਐਲਟਸ ਦੇ ਨਾਮ ਤੇ ਵੀ ਅੱਜ ਬੱਚਿਆਂ ਨਾਲ ਠੱਗੀ ਹੋ ਰਹੀ ਹੈ ਵਿਦਆਊਟ ਆਈਐਲਟਸ ਨਿਊਜ਼ੀਲੈਂਡ ਵੱਡੀ ਤਦਾਦ ਦੇ ਵਿੱਚ ਵਿਦਿਆਰਥੀ ਗਏ ਸੋ ਵਿਦਿਆਰਥੀਆਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਵਿਦਆਊਟ ਆਈਐਲਟਸ ਨਿਊਜ਼ੀਲੈਂਡ ਬੰਦ ਕਰ ਦਿੱਤਾ ਗਿਆ ਬਿਲਕੁਲ ਬਟ ਹੁਣ ਜਿਹੜੇ ਬੱਚੇ ਵਿਦਿਆਰਥੀ ਜਿਹੜੇ ਆਈਐਲਟਸ ਨਹੀਂ ਕਰ ਪਾ ਰਹੇ ਉਹਨਾਂ ਨੂੰ ਸਿੰਗਾਪੁਰ ਸਾਈਪ੍ਰਸ ਪੋਲੈਂਡ ਵਰਗੇ ਕੰਟਰੀ ਜਿਹੜੇ ਵਿੱਚ ਉਧਰ ਭੇਜਿਆ ਜਾ ਰਿਹਾ ਔਰ ਕੰਸਲਟੈਂਟ ਵੱਲੋਂ ਲੱਖਾਂ ਰੁਪਏ ਕਮਾਏ ਜਾ ਰਹੇ ਨੇ ਬਟ ਵਿਦਿਆਰਥੀਆਂ ਦੇ ਭਵਿੱਖ ਜਿਹੜਾ ਉਹ ਕਾਲਾ ਹੋ ਰਿਹਾ ਵਿਦਆਊਟ ਆਈਐਲਟਸ ਜਿਹੜੇ ਲੋਕ ਇੰਟਰਵਿਊ ਦੇਣ ਤੋਂ ਡਰਦੇ ਨੇ ਜਾਂ ਫਿਰ ਆਈਐਲਟਸ ਕਰਨ ਤੋਂ ਡਰਦੇ ਨੇ ਆਈਐਲਟਸ ਨਹੀਂ ਕਰਨਾ ਚਾਹੁੰਦੇ ਉਹਨਾਂ ਕੰਟਰੀਜ਼ ਉਹਨਾਂ ਵਿਦਿਆਰਥੀਆਂ ਲਈ ਕਿਹੜੀ ਕੰਟਰੀਜ਼ ਆਪਾਂ ਪ੍ਰਮੋਟ ਕਰ ਰਹੇ ਹਾਂ ਬੇਸਿਕਲੀ ਵਿਦਆਊਟ ਆਈਐਲਟਸ ਅਗਰ ਸਟੂਡੈਂਟ ਜਾਣਾ ਚਾਹੁੰਦਾ ਅਗਰ ਸਟੂਡੈਂਟ ਕਮਿਊਨੀਕੇਟ ਕਰ ਸਕਦਾ ਤਾਂ USA ਅੱਜ ਵੀ ਪਹਿਲੀ ਲਾਈਕ ਕੰਟਰੀ ਦੀ ਆਪਸ਼ਨ ਹੈ ਅਗਰ ਸਟੂਡੈਂਟਸ ਨੇ ਵਿਦਆਊਟ ਆਈਐਲਟਸ ਤੇ ਵਿਦਆਊਟ ਇੰਟਰਵਿਊ ਯਾਨੀ ਕਿ ਇੰਟਰਵਿਊ ਤੋਂ ਵੀ ਡਰਦੇ ਬਿਕੋਜ਼ ਅਮਰੀਕਾ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵਿਦਆਊਟ ਆਈਐਲਟਸ ਹੈਗਾ ਬਟ ਬਿਨਾਂ ਅੰਗਰੇਜ਼ੀ ਤੋਂ ਨਹੀਂ ਹੈ ਸੋ ਅਗਰ ਵਿਦਆਊਟ ਆਈਐਲਟਸ ਤੇ ਬਿਨਾਂ ਇੰਟਰਵਿਊ ਤੋਂ ਜਾਣਾ ਚਾਹੁੰਦੇ ਤਾਂ UK ਇੱਕ ਵਾਰੀ ਫਿਰ ਓਪਨ ਹੈ ਇਹ ਇੰਟਰਵਿਊ ਨਹੀਂ ਹੋਏਗੀ UK ਕੋਈ ਇੰਟਰਵਿਊ ਨਹੀਂ ਆ ਅਸੀਂ ਲਾਈਕ ਜਨਵਰੀ ਸੈਸ਼ਨ ਵਿੱਚ ਕਾਫੀ ਸਟੂਡੈਂਟ ਕਾਫੀ ਤਾਦਾਦ ਵਿੱਚ ਸਟੂਡੈਂਟਸ ਗਏ ਨੇ ਮਾਰਚ ਇਨਟੇਕ ਓਪਨ ਆ ਹਾਲੇ ਵੀ ਔਰ ਈਵਨ ਅਗਰ US ਲਈ ਜਾਣਾ ਚਾਹੁੰਦੇ ਹੋ ਦੈਨ ਮੇ ਇਨਟੇਕ ਓਪਨ ਹੈ ਬਿਕੋਜ਼ ਮੇ ਉਸ ਤੋਂ ਬਾਅਦ ਕਲੋਜ਼ ਹੋ ਜਾਣੀ ਆ ਔਰ ਮਈ ਇਨਟੇਕ ਦਾ ਸਾਰੇ ਕੰਟਰੀਆਂ ਲਈ ਬਹੁਤ ਇੰਪੋਰਟੈਂਸ ਆ ਮਈ ਇਨਟੇਕ ਦੀ ਸਭ ਤੋਂ ਵੱਡੀ ਇੰਪੋਰਟੈਂਸ ਕੀ ਆ ਕਿ ਜਦੋਂ ਸੈਪਟੰਬਰ ਇਨਟੇਕ ਆਉਂਦੀ ਆ ਬਹੁਤ
ਬੇਸਿਕ ਪਲੱਸ 2 ਕੀਤੀ ਹੋਈ ਹੈ ਔਰ ਥੋੜੇ ਬਹੁਤ ਪੇਰੈਂਟਸ ਕੋਲ ਫੰਡਸ ਹੈਗੇ ਆ ਉਹ ਯੂਕੇ ਦਾ ਵੀਜ਼ਾ ਲੈ ਸਕਦੇ ਨੇ ਯੂਕੇ ਈਜ਼ੀਲੀ ਵੀਜ਼ਾ ਅਵੇਲੇਬਲ ਹੈ ਜੀ ਸੁਰਵਿੰਦਰ ਜੀ ਦੋ ਸਵਾਲ ਇੱਥੇ ਹੋਰ ਖੜੇ ਹੋ ਰਹੇ ਨੇ ਇੱਕ ਤਾਂ ਗੈਪ ਦੀ ਗੱਲ ਕਰ ਰਹੇ ਹੋ ਯੂਕੇ ਵਿੱਚ ਕਿੰਨੇ ਕੁ ਗੈਪ ਵਾਲਾ ਵਿਦਿਆਰਥੀ ਅਪਲਾਈ ਕਰ ਸਕਦਾ ਦੂਜਾ ਸਵਾਲ ਇਹ ਪ੍ਰੋਸੈਸਿੰਗ ਟਾਈਮ ਕਿੰਨੇ ਕੁ ਦਿਨ 'ਚ ਵੀਜ਼ਾ ਆ ਜਾਂਦਾ ਯੂਕੇ ਦੀ ਗੱਲ ਕਰਾਂ ਤਾਂ ਇੱਕ ਵੀਕ ਦਾ ਕੰਮ ਹੈ ਯਾਨੀ ਹਫ਼ਤੇ ਵਿੱਚ ਵੀਜ਼ਾ ਹੈ ਬਿਲਕੁਲ ਇੱਕ ਹਫ਼ਤੇ ਦਾ ਪ੍ਰੋਸੈਸਿੰਗ ਟਾਈਮ ਆ ਕੋਈ ਲੰਬਾ ਛੋਟਾ ਪ੍ਰੋਸੈਸਿੰਗ ਟਾਈਮ ਨਹੀਂ ਹੈ ਔਰ ਗੈਪ ਕਿੰਨਾ ਕੁ ਐਕਸੈਪਟ ਕੀਤਾ ਜਾਂਦਾ ਗੈਪ 3-4 ਸਾਲ ਤੱਕ ਦਾ ਗੈਪ ਅਸੈਪਟੇਬਲ ਆ ਔਰ ਕਈ ਵਾਰੀ ਗੈਪਸ ਨਾਲੋਂ ਸਾਨੂੰ ਪ੍ਰੋਗਰੈਸ਼ਨ ਦੀ ਜ਼ਿਆਦਾ ਲਾਈਕ ਇੰਪੋਰਟੈਂਸ ਦਿੰਦੀ ਹੈ ਚਾਹੇ ਤੁਹਾਡਾ ਗੈਪ ਬਹੁਤ ਲੰਬਾ ਹੈ ਬਟ ਅਗਰ ਤੁਹਾਡਾ ਕਰੀਅਰ ਪ੍ਰੋਗਰੈਸ ਹੁੰਦਾ ਜਾ ਰਿਹਾ ਜਾਂ ਤੁਹਾਡੀ ਐਜੂਕੇਸ਼ਨ ਪ੍ਰੋਗਰੈਸ ਹੁੰਦੀ ਜਾ ਰਹੀ ਕਿਸੇ ਨਾ ਕਿਸੇ ਰੂਪ 'ਚ ਡਿਗਰੀ ਡਿਪਲੋਮਾ ਜਾਂ ਕੁਛ ਵੀ ਤੇ ਦੋਨੋਂ ਪਾਸੇ ਅਸੈਪਟੇਬਲ ਹੈ ਸੋ ਗੈਪਸ ਨੂੰ ਵੇਖਣ ਦੇ ਉੱਪਰ ਮੋਨੀਟਰ ਕਰਨ ਦੇ ਉੱਪਰ ਅਸੀਂ ਲੰਬੇ ਗੈਪਸ ਵੀ ਲੈ ਸਕਦੇ ਹਾਂ ਬਟ ਨਾਰਮਲੀ 2-3 ਸਾਲ ਦਾ ਗੈਪ ਤੇ ਈਜ਼ੀਲੀ ਅਵੇਲੇਬਲ ਹੈ ਸੋ ਅਰਵਿੰਦਰ ਜੀ ਕੋਈ ਸੁਨੇਹਾ ਕੋਈ ਮੈਸੇਜ ਜਾਂਦੇ ਵਾਰ ਦੇਖਣਾ ਦਰਸ਼ਕਾਂ ਲਈ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਰਿਹਾ ਕਿ ਜਿਹੜੇ ਸਟੂਡੈਂਟਸ ਮੇ ਇਨਟੇਕ ਦੇ ਵਿੱਚ ਜਾਂਦੇ ਮੇ ਇਨਟੇਕ ਹਮੇਸ਼ਾ ਇੰਪੋਰਟੈਂਟ ਹੁੰਦਾ ਬਿਕੋਜ਼ ਸਪਟੰਬਰ ਦੇ ਵਿੱਚ ਸਟੂਡੈਂਟਸ ਦੀ ਤਾਦਾਦ ਬਹੁਤ ਹੋ ਜਾਂਦੀ ਹੈ ਸੋ ਅਗਰ ਮੇ ਇਨਟੇਕ ਦੇ ਵਿੱਚ ਅਪਲਾਈ ਕਰ ਸਕੋ ਤਾਂ ਬੈਸਟ ਪੀਰੀਅਡ ਹੁੰਦਾ ਔਰ ਕੋਈ ਵੀ ਜਾਣਕਾਰੀ ਚਾਹੀਦੀ ਸਾਡਾ ਇੱਕ ਫ੍ਰੀ ਹੈਲਪਲਾਈਨ ਨੰਬਰ ਹੈ ਅਸੀਂ ਵੀਜ਼ਾ ਹੈਲਪਲਾਈਨ ਨੰਬਰ ਕਹਿੰਦੇ ਹਾਂ ਇਹਦੇ ਉੱਪਰ ਕਾਲ ਕਰੋ ਕੋਈ ਵੀ ਜਾਣਕਾਰੀ ਲੈਣੀ ਬੇਸਿਕਲੀ ਵੀਜ਼ਾ ਅਪਲਾਈ ਕਰਨ ਲਈ 4 ਕਾਗਜ਼ ਇਕੱਠੇ ਕਰਕੇ ਅੰਬੈਸੀ ਨਾ ਜਾਓ ਉਸ ਵੀਜ਼ੇ ਦੀ ਸਾਇੰਸ ਨੂੰ ਸਮਝੋ ਕਿ ਸਾਇੰਸ ਉਹਦੇ ਪਿੱਛੇ ਕੀ ਹੈ ਇੱਕ ਵੀਜ਼ਾ ਆਫੀਸਰ ਵੀਜ਼ਾ ਦਿੰਦਾ ਹੀ ਕਿਉਂ ਆ ਇੱਕ ਅੰਬੈਸੀ ਵੀਜ਼ਾ ਗ੍ਰਾਂਟ ਕਿਉਂ ਕਰਦੀ ਹੈ ਕੋਈ ਵੀ ਵੀਜ਼ੇ ਦਾ ਪ੍ਰੋਸੈਸ ਕਿਸੇ ਕੰਟਰੀ ਲਈ ਇੰਪੋਰਟੈਂਟ ਕਿਉਂ ਆ ਬਿਕੋਜ਼ ਵੀਜ਼ਾ ਇਕੱਲੇ ਵੀਜ਼ਾ ਤੱਕ ਸੀਮਤ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਸਾਇੰਸ ਹੈ ਇੱਕ ਬਹੁਤ ਤਕੜਾ ਮੈਕੇਨਿਜ਼ਮ ਆ ਕੋਈ ਵੀ ਅੰਬੈਸੀ ਅਗਰ ਵੀਜ਼ਾਸ ਦੀ ਖੁੱਲ ਦਿੰਦੀ ਹੈ ਜਾਂ ਵੀਜ਼ਾਸ ਦੀ ਕਟੌਤੀ ਕਰਦੀ ਹੈ ਉਹਦੇ ਪਿੱਛੇ ਸਾਇੰਟੀਫਿਕ ਰੀਜ਼ਨਸ ਨੇ ਸੋ ਉਸ ਸਾਇੰਸ ਨੂੰ ਸਮਝਣ ਲਈ ਤੁਹਾਨੂੰ ਸਾਡੇ ਕੋਲ ਟ੍ਰੇਨਿੰਗ ਸੈਸ਼ਨਸ ਨੇ ਉਹ ਵੀ ਫ੍ਰੀ ਅਵੇਲੇਬਲ ਨੇ ਜਦੋਂ ਮਰਜ਼ੀ ਜਾਣਕਾਰੀ ਲੈਣਾ ਸਾਡੇ ਕੋਲ ਤੁਸੀਂ ਪਹੁੰਚ ਸਕਦੇ ਹੋ ਔਰ ਸਾਡੇ 4 ਆਫਿਸਰਸ ਨੇ ਜਲੰਧਰ ਮੇਨ ਆਫਿਸ ਹੈ ਉਸ ਤੋਂ ਬਾਅਦ ਤੁਸੀਂ ਮੋਗਾ ਸੁਲਤਾਨਪੁਰ ਲੋਧੀ ਤੇ ਪਟਿਆਲਾ ਕਿਸੇ ਵੀ ਆਫਿਸ ਵਿੱਚ ਤੁਸੀਂ ਜਦੋਂ ਮਰਜ਼ੀ ਉੱਥੇ ਪਹੁੰਚ ਕੇ ਉੱਥੋਂ ਦੀ ਸਟਾਫ ਨਾਲ ਰਾਬਤਾ ਕਾਇਮ ਕਰ ਸਕਦੇ ਜੀ ਸਰਵਦਾ ਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸੋ ਜਾਨੀਵਾਰ ਦਰਸ਼ਕਾਂ ਨੂੰ ਫਿਰ ਤੋਂ ਦੱਸ ਦਈਏ ਕਿ ਜਲੰਧਰ ਮੋਗਾ ਸੁਲਤਾਨਪੁਰ ਪਟਿਆਲਾ 4 ਦਫ਼ਤਰ ਨੇ ਜਿਨ੍ਹਾਂ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ 9216 9168 9216 9268 9268 ਫ੍ਰੀ ਵੀਜ਼ਾ ਹੈਲਪਲਾਈਨ ਨੰਬਰ ਹੈ ਸੋ ਅੱਜ ਦੇ ਸ਼ੋਅ ਦਾ ਸਾਰ ਇਹ ਕਿ ਜੇਕਰ ਤੁਸੀਂ ਬਿਨਾਂ ਆਈਲੈਟਸ ਬਿਨਾਂ ਇੰਟਰਵਿਊ ਕਿਸੇ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ ਕਿਸੇ ਚੰਗੀ ਕੰਟਰੀ ਵਿੱਚ ਜਾਣਾ ਚਾਹੁੰਦੇ ਹੋ ਤਾਂ ਯੂਕੇ ਤੁਹਾਡੇ ਲਈ ਅੱਜ ਵੀ ਖੁੱਲ੍ਹਾ ਹੈ 7 ਦਿਨ ਦਾ ਪ੍ਰੋਸੈਸ ਹੈ 7 ਦਿਨ ਦੇ ਵਿੱਚ ਤੁਸੀਂ ਯੂਕੇ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਸਾਕਾਰ ਕਰ ਸਕਦੇ ਹੋ ਸੋ ਕੱਲ੍ਹ ਫਿਰ ਮਿਲਾਂਗੇ ਇਸ ਸਮੇਂ ਸੇ ਚੈਨਲ 'ਤੇ ਤਦ ਤੱਕ ਲਈ ਇਜਾਜ਼ਤ ਦਿਓ ਸੋ ਅਰਵਿੰਦਰ ਜੀ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਸਰ